ਨਾਲ ਸ਼ੂਟ ਹੋਇਆ, ਫਿਰ ਇੱਕ ਹੋਰ ਭੈਣ ਸੀ ਉਹਦੇ ਨਾਲ ਸ਼ੂਟ ਹੋਇਆ, ਜਿਹੜੀ ਫਿਲਮ ਚ ਤੀਜੀ ਹੈ। ਉਹ ਤੀਜੀ ਹੈ ਮੈਨੂੰ ਜਿਹਦੇ ਕਰਕੇ ਇਹ ਵੀ ਆਪਾਂ ਪਤਾ, ਸਿਤਾਰਾ ਲੈ ਕੇ ਗਏ ਸੀ, ਉਹ ਤੀਜੀ ਹੈ। ਮੈਨੂੰ ਇਹ ਵੀ ਪਤਾ ਕਿ ਉਹ ਜਿਹੜਾ ਬੱਸ ਵਾਲਾ ਸ਼ਾਟ ਲਾਇਆ ਨਾ, ਉਹ ਪਹਿਲਾਂ ਬਾਹਰ ਸ਼ੂਟ ਹੋਇਆ ਸੀ, ਉਹ ਰੱਖਿਆ ਨਹੀਂ, ਸਿੱਧਾ ਕੱਟ ਕਰਕੇ ਬੱਸ ਵਾਲਾ ਲਿਆ, ਹੈਨਾ? ਨੋ, ਬੱਸ ਵਾਲਾ ਸ਼ਾਟ ਤਾਂ ਲਿਆ। ਹਾਂਜੀ ਹਾਂਜੀ, ਉਹ ਨਹੀਂ, ਪਹਿਲਾਂ ਬੱਸ ਕਿਸੇ ਹੋਰ ਵਾਲੀ ਦੇ ਭੈਣ ਵਿੱਚ ਦਾ ਚੜ੍ਹਦੀ ਹੈ ਪਿਆ ਦੂਜੀ ਸੀ। ਭੈਣ ਹੈ ਨਾ। ਹਾਂ हाँ, वो बस में दूसरी पैर चढ़ दी है ना। हाँ, मैं बीटीएस देखिया सी। अच्छा, बीटीएस मैं देखा। क्या आप ओ, हो ना, फिर मैंने नान पता लगा। दसिया, अच्छा नान दसिया। ना ना, किसी तो पहली पैर ना नहीं पता, मैंने नहीं नहीं मेरे पता भाई, नहीं पता भाई, सेकंड का पता मैंने। प्रो भाई, फिर तुसी मैंने क्यों भी शायद ट्राई कर, रिप्लेस करते भाई? पता नहीं, मैं तो आप ध्यान नहीं, मेरी याद नहीं। अच्छा, ये नहीं पता ना फिल्म च कुल किन्ने करैक्टर रिप्लेस होया शूट तो बाद? दो तो मैनू पता भाई, नहीं तीन पता भाई। हाँ, मैं तो अपना भी डर रहा सी पहले 4 दिन वे चला मैं ही ना रिप्लेस हो जा। मैं क्या पता लगे मैं ही ना रिप्लेस हो जा। नहीं, जेड़े तो मैडम ने सिंगर है भाजी नीलम दा रोल कीता है, वो भी रिप्लेस होए आ। हाँ जी, फादर हाँ जी, वो भी रिप्लेस हुए। ਉਹਨਾਂ ਦਾ ਮੈਨੂੰ ਪਤਾ, ਫਾਦਰ ਦਾ ਮੈਨੂੰ ਪਤਾ, ਫਾਦਰ ਰਿਪਲੇਸ ਹੋਏ। ਉਹ ਸਿੰਗਰ ਵੀ ਨੀਲਮ ਜੀ ਪਹਿਲਾਂ ਵੀ ਹੋਰ ਸਨ। ਅੱਛਾ ਜੀ, ਫਾਦਰ ਰਿਪਲੇਸ ਹੋਏ, ਅੱਛਾ ਜੀ, ਸਿਸਟਰ ਰਿਪਲੇਸ ਹੋਈ, ਦੋਸਤ। ਹਾਂ, ਹਾਂ ਜੀ। ਇੱਕ ਹੋਰ ਬੜਾ ਪਿਆਰਾ ਪਿਆਰਾ ਕਿੱਸਾ, ਮੈਂ ਜਦੋਂ ਪਹਿਲੇ ਦਿਨ ਸ਼ੂਟ ਤੇ ਗਿਆ ਨਾ, ਤੇ ਮੈਨੂੰ 4-5 ਦਿਨ ਪਹਿਲਾਂ ਡਾਇਲੌਗ ਮਿਲ ਗਿਆ ਸੀ, ਸੀਨ ਮਿਲ ਗਿਆ ਸੀ ਬੇਸਿਕਲੀ। ਤੇ ਮੇਰੀ ਆਤਮਾ ਪੜ੍ਹ ਲੈਣਾ ਇੱਕ ਵਾਰੀ ਸੀਨ ਤਾਂ ਜ਼ਰੂਰ, ਵੀ ਕੱਲ ਨੂੰ ਕੀ ਕਰਨਾ ਨਾ, ਤੇ ਮੈਂ ਡਾਇਲੋਗ ਡੂਲੋਗ ਯਾਦ ਕਰ ਲੈਣ, ਤਾਂ ਕਿ ਉੱਥੇ ਜਾ ਕੇ ਬੰਦਾ ਉਹਨੂੰ ਕੀ ਹੁੰਦਾ ਅੰਗਰੇਜ਼ੀ 'ਚ ਉਹ ਕਰ ਲਵੇ, ਜਿਹੜਾ ਹੋਰ ਕਰਦੇ ਹੁੰਦੇ ਆ। ਕੀ ਹੁੰਦਾ ਉਹ? ਨਹੀਂ, ਉਹ ਜਿਹੜੀ ਇੰਪਰੋਂਟ ਕਾ ਕੀ ਹੁੰਦਾ, ਉਹ ਇੰਪਰੋਵਾਈਜੇਸ਼ਨ ਹੁੰਦੀ ਆ, ਉਹ ਉਹ ਕਰ ਲਵੇ, ਹੈ ਨਾ। ਤਾਂ ਮੈਂ ਡਾਇਲੋਗ ਯਾਦ ਕਰ ਲਿਆ, ਸੀਨ ਪੜ੍ਹ ਲਿਆ, ਸਾਰਾ ਕੁਝ ਓਕੇ ਹੋ ਗਿਆ। ਬੜੀ ਤਿਆਰੀ 'ਚ ਮੈਂ ਪਹੁੰਚ ਗਿਆ ਸ਼ੂਟ ਤੇ, ਤੇ ਅੰਬਰ ਭਾਜੀ ਆਏ ਵੈਂਟਿਸ਼, ਤੇ ਭਾਈ ਕਹਿੰਦੇ ਆਪਾਂ ਬਹੁਤ ਵਧੀਆ ਕਰਨਾ। ਮੈਂ ਕਿਹਾ ਹਾਂ, ਬਹੁਤ ਵਧੀਆ ਕਰਨਾ, ਮੈਂ ਪਹਿਲੀ ਵਾਰ ਭਾਈ ਨਾਲ ਕੰਮ ਕਰ ਰਿਹਾ, ਬਹੁਤ ਖੁਸ਼ ਹੋਣਾ। ਅੱਛਾ ਭਾਜੀ, ਕਹਿੰਦੇ ਆਪਾਂ ਜਿਹੜਾ ਸੀਨ ਹੈ ਨਾ ਉਹ ਨਹੀਂ ਕਰਨਾ, ਆਪਾਂ ਸੀਨ ਕੋਈ ਹੋਰ ਕਰ ਰਹੇ। ਉਹ ਮੈਂ ਕਿਹਾ ਤੁਹਾਡਾ ਭਲਾ ਹੋ ਜਾਵੇ, ਫਸਟ ਡੇ ਤੋਂ ਸ਼ੂਟ। ਤੇ ਮੁੜ ਕੇ ਉਸ ਤੋਂ ਬਾਅਦ ਫਿਰ ਮੈਂ ਪੜ੍ਹਨਾ ਬੰਦ ਕਰ ਦਿੱਤਾ। ਪਹਿਲੇ ਦਿਨ ਹੀ ਮੈਂ ਪੜ੍ਹ ਕੇ ਆਇਆ ਬਸ, ਸੈੱਟ ਤੇ ਮੁੜ ਕੇ ਨਹੀਂ ਪੜ੍ਹ ਕੇ ਗਿਆ। ਮੈਂ ਕਿਹਾ ਭਾਈ ਦੇ ਭਾਈ ਦਾ ਸਟਾਈਲ ਆਏ। ਫਿਰ ਇੱਕ ਗੱਲ ਮੈਨੂੰ ਹੋਰ ਅਮਰਿੰਦਰ ਭਾਈ ਨੇ ਕਹੀ ਸੀ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ। ਹਾਂਜੀ, ਉਹ ਸ਼ਾਇਦ ਤੁਹਾਨੂੰ ਭਾਈ ਨਾ ਪਤਾ, ਭਾਈ ਮੈਨੂੰ ਕਹਿੰਦੇ ਕਹਿੰਦੇ ਅੰਬਰ ਜੋ ਕਹੂਗਾ ਨਾ ਯਾਦ ਕਰੀ ਚੱਲੀ, ਉਹਨੂੰ ਆਪ ਨੂੰ ਭੁੱਲ ਜਾਣੀ ਹੈ ਗੱਲ, ਤੇ ਜਿਹੜੀ ਤੈਨੂੰ ਗੱਲ ਵਧੀਆ ਵਧੀਆ ਲੱਗਦੀ ਆ ਉਹਨੂੰ ਕਹਿਣੀ ਆ ਬਾਰ ਬਾਰ ਕਿ ਆਪ ਹੀ ਕਰ ਲਓ, ਆਪ ਹੀ ਕਰ ਲਓ। ਇਹ ਗੱਲ ਤਾਂ ਆ ਕਿਉਂਕਿ ਹਾਂ, ਇਹ ਗੱਲ ਤਾਂ ਆ ਜਿੱਦਾਂ ਮੈਂ ਭਾਈ ਨਾਲ ਕੰਮ ਕੀਤਾ ਆਪਾਂ, ਤਾਂ ਮੈਂ ਆਪਾਂ ਰਿਅਲਾਈਜ਼ ਕੀਤੀ ਕਿ ਇੱਕ ਗੱਲ ਨੂੰ ਕਹਿਣ ਦੇ ਤਰੀਕੇ 100 ਆ ਭਾਈ ਤੁਹਾਡੇ ਕੋਲੇ। ਸੋ 100% ਗੱਲ ਨੂੰ ਤੁਸੀਂ ਕਿੰਨੇ ਤਰੀਕੇ ਨਾਲ ਕਹਿ ਸਕਦੇ, ਇੱਦਾਂ ਦਾ ਸ਼ੂਟ ਕਰੀ ਸਕਦੇ ਆ, ਇੱਦਾਂ ਵੀ ਕਰ ਲੈਣਾ ਚਾਹੀਦਾ। ਸੋ ਇਹ ਓਬਵੀਅਸਲੀ ਜਿਹੜਾ ਬੰਦਾ ਖੁਦ ਲਿਖਦਾ ਉਹ ਤਾਂ ਵੱਡੀ ਗੱਲ, ਤੇ ਉੱਪਰੋਂ ਤੁਸੀਂ ਜਿਹੜੇ ਡਾਇਰੈਕਟ ਕਰ ਰਹੇ ਹੋ ਮਰਜ਼ੀ ਪਰ ਚੇਂਜ ਕਰ। ਭਾਈ ਮੈਂ ਦੱਸਾਂ, ਇਹ ਵੀ ਚਲੋ ਹੁਣ ਤਾਰੀਫ ਵਾਲੀ ਗੱਲ ਨਹੀਂ ਹੈ, ਬਟ ਮੈਂ ਮੈਨੂੰ ਵੀ ਸੀਗਾ ਕਿ ਆਪਾਂ ਜਦੋਂ ਪਹਿਲੀ ਵਾਰੀ ਕਰ ਰਹੇ ਹਾਂ ਕਿ ਸ਼ਾਇਦ ਕੁਛ ਕਿਸੇ ਤਰੀਕੇ ਦੀ, ਕਿਉਂਕਿ ਇੱਕ ਬੰਦੇ ਦੇ ਕਰਨ ਦਾ ਤਰੀਕਾ ਹੁੰਦਾ, ਤਾਂ ਮੈਨੂੰ ਸੀਗਾ ਸ਼ਾਇਦ ਉਹ ਤਰੀਕਾ ਨਿਰਵਿਘਨ ਰਵੇ। ਬਟ ਮੈਂ ਸੱਚੀ ਕਹਿੰਦਾ ਕਿ ਜਿੰਨੀ ਤੁਹਾਡੀ ਪਿਕਅਪ ਸੀ ਜਾਂ ਜਿੰਨੇ ਤੁਸੀਂ ਉਸੇ ਵਕਤ ਉਹਨੂੰ ਕਿੰਨਾ ਵਧੀਆ ਕਰਦੇ ਸਾਂ, ਇਹ ਵੀ ਉਹ ਤੁਹਾਡੀ ਡੈਡੀਕੇਸ਼ਨ ਬੜੀ ਸੀ ਭਾਜੀ। ਥੈਂਕ ਯੂ ਭਾਈ, ਤੁਹਾਡੇ ਕਰਕੇ ਸੀ ਭਾਜੀ। ਤੁਸੀਂ ਭਾਜੀ ਤੂੰ ਵੀ ਔਨ ਸੈਟ ਸਿੱਖੀਏ, ਬੋਲੋ ਇੰਨੀ ਪਰਫੈਕਟ। ਤੇ ਨਿਮਰਤ ਨੇ ਵੀ ਔਨ ਸੈਟ ਸਾਰਾ ਮੇਕਅਪ ਸਿੱਖਿਆ। ਨਿਮਰਤ ਬੋਲਾ ਯਾਰ, ਤੂੰ ਵੀ ਫੇਰ ਸਰ ਕਹਿ। ਅੱਜ ਦੋ ਜਾਣੇ, ਅੱਜ ਮੈਂ ਕੀ ਬੋਲਾਂ? ਨਹੀਂ ਨਹੀਂ ਬੋਲ, ਤੂੰ ਬੋਲ ਲਿਆ। ਇੱਕ ਸਵਾਲ ਹੋ ਰਿਹਾ ਭਾਜੀ। ਹਾਂਜੀ ਪਲੀਜ਼ ਭਾਜੀ। ਕਿਆ ਤੁਹਾਨੂੰ ਪਤਾ ਨਹੀਂ ਹੋਵੇਗਾ, ਬਟ ਮੈਂ ਵੈਸੇ ਹੀ ਪੁੱਛਦਾ, ਫਿਲਮ 'ਚ ਇੱਕ ਸੀਨ ਹੈ ਜਿਹਦੇ 110 ਟੇਕ ਹੋਏ ਆ, ਮੈਨੂੰ ਉਹ ਕਿਹੜਾ ਸੀਨ ਹੈ? 110 ਟੇਕ ਤਾਂ ਹੋਏ ਆ ਭਾਜੀ, ਇਹ ਮੈਨੂੰ ਪਤਾ। ਉਹ ਹਰਮਨ ਭਾਜੀ ਦਾ ਸੀਨ ਤਾਂ ਨਹੀਂ ਹੈ? ਹਰਸਿਮਰਨ ਭਾਜੀ, ਹਰਸਿਮਰਨ ਭਾਈ ਜਿਹੜੀ ਦਾ ਸੀ, ਜਸ਼ੀਲੇ ਦਾ ਉਹ ਮੇਰਾ ਐਂਟਰੀ, ਜਿੱਥੇ ਮੇਰੀ ਐਂਟਰੀ ਹੁੰਦੀ ਆ। ਨਹੀਂ ਉਹ ਨਹੀਂ ਹੈ, ਇਹ ਜਿਹੜਾ ਕਹਿੰਦੇ ਨੇ ਨਾ ਕਿ ਜਿੱਥੇ ਸਾਰੇ ਇਕੱਠੇ ਬੈਠੇ ਹੁੰਦੇ ਆ, ਜਿੱਥੇ ਵਾਵਾ ਹੀ ਜਾਣੇ ਸੀਗੇ, ਹਨਾ? ਉਸ ਉਹ ਜਿੱਥੇ ਕਹਿੰਦੀ ਆ
कला पहला मैं पछाणी सी निका जा सीन जरा कहती मैं इन्ने रुपए च गवा ली एक कला मेरे को मेरे मेरे याद है भाजी जो ये होया तुसीं है नहीं सी उदन उ अगले दिन तुसीं आए ते जदों मैं गल दसी तुसीं कहा भी मैं कहा भी इदां होया ते गल बाहर जानी है तो तुसीं कहा भी दस दे जे कीने ले 110 जे साडा लाणा लग जे अच्छा वह निका जिहा सीन भाजी हाँ जी 110 ओए होए पर वधिया भाजी सीन बहुत वधिया सी मैनूं बहुत पसंद आया सी कीता जी सारे ने उदां वी वधिया हो गया ते मैं ਉਦਾਂ ਵੀ ਚਲੋ ਫਿਲਮ ਦੇ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਕੋਈ ਵੀ ਸੀਨ ਆਪਾਂ ਇਦਾਂ ਜਾਣ ਦਿੱਤਾ ਹੋਏਗਾ ਮਤਲਬ ਸਾਰੇ ਸੀਨ ਬਹੁਤ ਬਹੁਤ ਪਰਫੈਕਸ਼ਨ ਨਾਲ ਔਰ ਬਹੁਤ ਤਸੱਲੀ ਨਾਲ ਸ਼ੂਟ ਹੋਏ ਆ ਸੀਨ ਬਹੁਤ ਸੋਹਣਾ ਜਿਹੜਾ ਭੈਣ ਦੇ ਨਾਲ ਜਦੋਂ ਗਾਣੇ ਚੈੱਕ ਕਰਾਂਦਾ ਹਾਂ ਹਾਂ ਉਹ ਹੀ ਬੜੀ ਸੀਨ ਪਹਿਲਾਂ ਸੋਚਦੇ ਸੀ ਮੈਂ ਭਾਈ ਨਹੀਂ ਅੱਛਾ ਪਹਿਲਾਂ ਹੀ ਸੋਚਦੇ ਕੱਢ ਕੱਢ